ਮੈਂ ਠੀਕ ਆ। ਟਿਊਬ ਪੈ ਗਈ ਹੈ ਤੇਰੇ ਇੱਥੋਂ ਦੀ, ਸਾਰਾ ਜਿਹੜਾ ਅੰਦਰ ਖੂਨ ਜੰਮਿਆ ਸੀ ਸਾਰਾ ਨਿਕਲ ਸੀ ਗਿਆ ਬਾਹਰ। ਤੂੰ ਠੀਕ ਹੋ ਜਾਣਾ ਜਮਾ। ਅੱਛਾ, ਬਾਬੇ ਨਾਨਕ ਦੀ ਕਿਰਪਾ ਹੋ ਗਈ ਆ ਮਾਂ, ਟਿਊਬ ਪੈ ਗਈ ਆ। ਜਿੰਨੀ ਅੰਦਰ ਹਵਾ ਭਰੀ ਸੀ ਨਾ ਉਹ ਸਾਰੀ ਨਿਕਲ ਗਈ ਆ। ਹੈਂ, ਠੀਕ ਕਰਕੇ ਭੇਜਾਂਗੇ, ਤੈਨੂੰ ਫਿਕਰ ਨਾ ਕਰ। ਠੀਕ ਆ, ਮੱਝ ਇੱਥੇ ਮੰਗਾ ਲੈਂਦੇ ਹਾਂ, ਕੋਈ ਲੈ ਆਉਂਦੇ ਲੈ ਆਉਂਦੇ, ਮੰਗਾ ਲੈਂਦਾ ਮੈਂ ਮੱਝ ਮੰਗਾ ਲੈਂਦੇ ਇੱਥੇ, ਕੋਈ ਨਾ ਮੈਂ ਲੈ ਆਉਂਦਾ ਲੈ ਆਉਂਦੇ ਮੱਝ ਇੱਥੇ ਲੈ ਆਉਂਦੇ ਲੈ ਆਉਂਦੇ ਮੱਝ। ਚੰਗਾ ਮਾਂ, ਮੱਝ ਮੰਗਾ ਲੈਂਦੇ ਇੱਥੇ, ਚੰਗਾ ਨਾ ਜਾਈ, ਕੋਈ ਨਾ ਮਾਂ ਫਿਕਰ ਨਾ ਕਰ, ਫਿਕਰ ਨਾ ਕਰ, ਮੈਂ ਮੰਗਾ ਲੈਂਦਾ ਮੱਝ ਇੱਥੇ, ਰੋ ਨਾ, ਫਿਕਰ ਨਾ ਕਰ। ਥੋੜ੍ਹੀ ਮੈਂ ਕਹਿਤਾ ਨਾ, ਮੈਂ ਮੰਗਾ ਲੈਂਦਾ ਮੱਝ, ਮੰਗਾ ਲੈਂਦਾ ਮੱਝ ਮੈਂ, ਚੰਗਾ ਨਾ ਜਾਈ ਘਰੇ, ਚੰਗਾ ਨਾ ਜਾਈ ਘਰੇ, ਬੁਲਾ ਲੈਂਦਾ, ਰੋ ਨਾ ਰੋ ਨਾ ਰੋ ਨਾ ਰੋ ਨਾ ਮਾਂ। ਬਾਬਾ ਜੀ ਨੇ ਬਚਾਉਣਾ ਮਾਂ, ਅਸੀਂ ਕੌਣ ਆ। ਅਰੇ ਰਮਾਨ ਖੜਾ ਤੇਰੇ ਕੋਲ, ਤੇਰਾ ਪੋਤਾ, ਹੌਸਲਾ ਰੱਖ ਤੂੰ ਜਮਾ, ਫਿਕਰ ਨਾ ਕਰ, ਕੋਈ ਨਾ ਮਾਂ, ਪੁੱਤ ਦੇ ਹੁੰਦਿਆਂ ਫਿਕਰ ਨਹੀਂ ਕਰਨਾ ਤੂੰ, ਅਸੀਂ ਪੂਰੀ ਮਾਂ ਤੇਰੀ ਟ੍ਰੀਟਮੈਂਟ, ਪੂਰਾ ਇਲਾਜ ਤੇਰਾ ਕਰਾਵਾਂਗੇ, ਬਿਲਕੁਲ ਫਿਕਰ ਨਹੀਂ ਕਰਨਾ, ਜਿਵੇਂ ਤੂੰ ਕਹੇਂਗਾ ਉਵੇਂ ਕਰਾਂਗੇ, ਮੱਝ ਵੀ ਲੈ ਆਵਾਂਗੇ, ਨਾ ਜਾਈ ਘਰੇ, ਅੱਜ ਭਲਕ ਮੰਗਾ ਲੈਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਅਰਮਾਨ ਅਤੇ ਸੁਖਮਨ ਦੋਨੋਂ ਭੈਣ ਭਰਾ ਤੁਸੀਂ ਜਾਣਦੇ ਹੋ, ਸਾਡੇ ਕੋਲ ਸੁਖਮਨ ਰਹਿ ਰਹੀ ਹੈ ਪਿਛਲੇ 1.5-2 ਸਾਲਾਂ ਤੋਂ, ਅਤੇ ਅਰਮਾਨ ਅਤੇ ਅਰਮਾਨ ਦੀ ਦਾਦੀ ਮਾਤਾ ਦਾ ਨਾਂ ਅਜੀਤ ਕੌਰ ਆ। ਇਹ ਤਰਨ ਤਾਰਨ ਸਾਹਿਬ ਜ਼ਿਲ੍ਹੇ ਦਾ ਪਿੰਡ ਆ, ਪਿੰਡ ਦਾ ਨਾਂ ਹੈਗਾ ਜਾਮਾ ਰਾਏ, ਉੱਥੇ ਰਹਿੰਦੇ ਆ। ਹੁਣ ਸੁਖਮਨ ਸਾਡੇ ਕੋਲ ਵਧੀਆ ਠੀਕ ਸੀ, ਸਕੂਲੇ ਜਾਂਦੀ ਸੀ, ਅੱਗੇ ਨਾਲੋਂ ਵਧੀਆ ਜੀ ਲਾ ਲਿਆ ਸੀ ਉਹਨਾਂ ਨੇ। ਦਾਦੀ ਆਪਦੇ ਪੋਤੇ ਨੂੰ ਪਿੰਡ ਰੱਖ ਕੇ ਪਾਲ ਰਹੀ ਸੀ, ਪੜ੍ਹਾ ਰਹੀ ਸੀ, ਨਾਲ ਘਰੇ ਇੱਕ ਮੱਝ ਰੱਖੀ ਆ, ਕਿੱਲਾ ਜ਼ਮੀਨ ਵੀ ਆ, ਕਿਉਂਕਿ ਅਰਮਾਨ ਦੇ ਪਾਪਾ ਦੀ ਡੈਥ ਹੋ ਗਈ ਸੀਗੀ, ਮੰਮੀ ਨੇ ਬੱਚਿਆਂ ਨੂੰ ਛੱਡ ਕੇ ਅੱਗੇ ਆਪਣਾ ਜੀਵਨ ਅੱਗੇ ਵਧਾ ਲਿਆ। ਪੋਤੀ ਹੁਣ ਵੱਡੀ ਹੋ ਗਈ ਸੀ, ਦਾਦੀ ਨੂੰ ਧੱਕੇ ਮਾਰਦੀ ਡਿੱਗ ਪਈ ਸੀ, ਦਾਦੀ ਪਹਿਲਾਂ ਵੀ ਸੱਟ ਲੱਗੀ ਸੀ, ਫਿਰ ਦਾਦੀ ਇੱਥੇ ਲੈ ਆਈ ਸੁਖਮਨ ਨੂੰ, ਅਸੀਂ ਇੱਥੇ ਰੱਖ ਲਿਆ ਸੀ, ਕਿਉਂਕਿ ਦਾਦੀ ਤੋਂ ਤੁਰ ਵੀ ਨਹੀਂ ਸੀ ਹੁੰਦਾ ਉਸ ਟਾਈਮ, ਵਿਚਾਰੀ ਤੋਂ ਕੁੱਬੀ ਕੁੱਬੀ ਹੋ ਕੇ ਤੁਰ ਗਈ। ਦਾਦੀ ਕਹਿੰਦੀ ਸੀ ਮੈਂ ਪੋਤੇ ਨੂੰ ਤਾਂ ਪਾਲ ਲੂੰ, ਪਰ ਇਹ ਮੇਰੇ ਤੋਂ ਪਲਦੀ ਨਹੀਂ, ਕਿਉਂਕਿ ਹੁਣ ਸੁਖਮਨ ਠੀਕ ਨਾ ਹੋਣ ਕਰਕੇ ਅਪਸੈਟ ਸੀ, ਉਹ ਕੰਟਰੋਲ 'ਚ ਹੀ ਆਉਂਦਾ ਹੁੰਦੀ ਨਹੀਂ ਸੀ ਮਾਤਾ ਤੋਂ। ਹੁਣ ਦੋਨੇ ਦਾਦੀ ਪੋਤਾ ਆਪਦਾ ਚਲੋ ਸਮਾਂ ਕੱਢੀ ਜਾਂਦੇ ਸੀ, ਐਗਤੀ ਕਿੱਲਾ ਇੱਕ ਜਿਹੜਾ ਇਹਨਾਂ ਜ਼ਮੀਨ ਦਾ, ਉਹ 'ਚ ਝੋਨਾ ਵੀ ਲਵਾਇਆ ਆਪ ਹੀ ਇਹਨਾਂ ਨੇ, ਦੋਨੇ ਦਾਦੀ ਪੋਤਾ ਹੀ ਪਾਣੀ ਪੂਣੀ ਲਾਉਂਦੇ ਸੀ, ਕਿਵੇਂ ਨਾ ਕਿਵੇਂ ਸਾਂਭੀ ਜਾਂਦੇ ਸੀ। ਪਰ ਹੁਣ ਘਰੇ ਲੱਕੜ ਦੀ ਪੌੜੀ 'ਤੇ ਚੜ੍ਹ ਕੇ ਮਾਤਾ ਛੱਤ ਸਾਫ਼ ਕਰਨ ਲੱਗੀ, ਕੁਛ ਉੱਪਰੋਂ ਪੌੜੀ ਡਿੱਗ ਪਈ, ਆ ਪਸਲੀਆਂ ਟੁੱਟ ਗਈਆਂ ਮਾਂ ਦੀਆਂ, ਚਾਰ ਪਸਲੀਆਂ ਟੁੱਟ ਕੇ ਅੰਦਰ ਵੜ ਗਈਆਂ, ਛਾਤੀ ਅੰਦਰ ਨੂੰ ਦੱਬ ਗਈ ਅਤੇ ਹਵਾ ਭਰ ਗਈ ਵਿੱਚ, ਅਤੇ ਹਾਲਾਤ ਇੰਨੇ ਜ਼ਿਆਦਾ ਖਰਾਬ ਹੋ ਗਏ ਸੀ, ਆ ਸਾਰੀ ਆਹ ਚੀਜ਼ ਵੀ ਸੁੱਜ ਗਈ ਸੀ ਮਾਤਾ ਦੀ। ਫਿਰ ਪਿੰਡ ਦੇ ਕੁਛ ਵੀਰਾਂ ਨੇ ਰਲ ਕੇ ਮਾਤਾ ਨੂੰ ਉੱਥੋਂ ਚੱਕਿਆ, ਹੋਸਪਿਟਲ ਲੈ ਗਏ, ਹੋਸਪਿਟਲ ਵਾਲਿਆਂ ਨੇ ਐਕਸਰੇ ਕੀਤੇ, ਉਹ ਕਹਿੰਦੇ ਪ੍ਰੋਬਲਮ ਜ਼ਿਆਦਾ ਵੱਡੀ ਆ, ਵੀ ਇਹਨੂੰ ਜਾਂ ਤਾਂ ਤੁਸੀਂ ਅੰਮ੍ਰਿਤਸਰ ਸਾਹਿਬ ਹੋਸਪਿਟਲ ਲੈ ਜਾਓ ਵੱਡੇ, ਅਤੇ ਵੀ ਇੱਥੇ ਨਹੀਂ ਇਲਾਜ ਹੋ ਸਕਦਾ। ਫਿਰ ਅਰਮਾਨ ਨੇ ਅਤੇ ਦਾਦੀ ਨੇ ਫੈਸਲਾ ਲਿਆ ਵੀ ਸਾਨੂੰ ਤੁਸੀਂ ਮਨੁੱਖਤਾ ਦੀ ਸੇਵਾ 'ਤੇ ਛੱਡਿਆ ਉੱਥੇ, ਵੀ ਅਸੀਂ ਉੱਥੇ ਇਲਾਜ ਕਰਾਵਾਂਗੇ ਜਾ ਕੇ। ਫਿਰ ਕੱਲ੍ਹ ਇਸ ਵੇਲੇ ਸਾਡੇ ਕੋਲ ਇੱਥੇ ਪਹੁੰਚੇ ਸੀ ਇਹ ਦੋਨੇ ਦਾਦੀ ਪੋਤਾ, ਨਾਲ ਪਿੰਡ ਦੇ 2-3 ਬੰਦੇ ਲੈ ਕੇ ਆਏ ਸੀ,
ਅਤੇ ਉਸ ਟਾਈਮ ਹਾਲਤ ਬਹੁਤ ਮਾੜੀ ਸੀ ਦਾਦੀ ਦੀ। ਫਿਰ ਆਉਂਦੇ ਸਾਰ ਹੀ ਸੀ ਟੀ ਸਕੈਨ ਕਰਾਈ ਚੈਸਟ ਦੀ। ਸੀ ਟੀ ਦੇ ਵਿੱਚ ਡਾਕਟਰ ਸਾਹਿਬ ਕੀ ਆਇਆ ਸੀ ਫਿਰ? ਹਵਾ ਤੇ ਪਾਣੀ ਭਰ ਗਿਆ, ਹਵਾ ਤੇ ਬਲੱਡ ਨਾਲ। ਹੁਣ ਇਧਰਲੇ ਪਾਸੇ ਇੱਕ ਪਾਈਪ ਪਾਈ ਹੈ, ਡਾਕਟਰਾਂ ਨੇ ਟਿਊਬ ਪਾਈ ਹੈ ਚੈਸਟ ਦੇ ਵਿੱਚ। ਉਹ ਟਿਊਬ ਰਾਹੀਂ ਸਾਰਾ ਪਾਣੀ ਜਿਹੜਾ ਗੰਦਾ, ਮਤਲਬ ਕੋਈ ਬਲੱਡ ਆ ਜਿਹੜਾ ਜਾਂ ਹਵਾ ਵਾ, ਉਹ ਬਾਹਰ ਨਿਕਲ ਰਹੀ ਆ। ਹੁਣ ਥੋੜ੍ਹੀ ਜਿਹੀ ਸੌਖੀ ਹੋਈ ਹੈ ਬੇਬੇ ਵਿਚਾਰੀ। ਅਤੇ ਡਾਕਟਰ ਤੁਸ਼ਾਰ ਅਗਰਵਾਲ ਸਾਡੇ ਐਮ ਡੀ ਮੈਡੀਸਨ, ਡਾਕਟਰ ਹੈਪੀ, ਡਾਕਟਰ ਰਜਤ, ਬਾਕੀ ਸਾਡੇ ਸਟਾਫ ਮੈਂਬਰ ਸਾਰਿਆਂ ਦੀ ਮਿਹਨਤ ਦੇ ਨਾਲ ਹੁਣ ਮਾਤਾ ਜੀ ਦਾ ਟ੍ਰੀਟਮੈਂਟ ਚੱਲ ਰਿਹਾ, ਅੱਗੇ ਨਾਲ ਠੀਕ ਵੀ ਆ। ਮਾਤਾ ਜੀ ਦੇ ਰਿਸ਼ਤੇਦਾਰਾਂ ਨੂੰ ਸਾਡੀ ਬੇਨਤੀ ਹੈ, ਜਿਹੜੇ ਕੋਈ ਭੈਣ ਭਰਾ ਸਾਡੀ ਵੀਡੀਓ ਨੂੰ ਦੇਖਦੇ ਆ, ਵੀ ਆ ਕੇ ਮਿਲ ਕੇ ਜਾਓ। ਹੁਣ ਕੱਲ੍ਹ ਦੇ ਮਾਤਾ ਜੀ ਇੱਥੇ ਆਏ ਹੋਏ ਆ, ਵੈਸੇ ਤਾਂ ਸੁਨੇਹ ਵੀ ਲਾਏ, ਅਸੀਂ ਫੋਨ ਵੀ ਕੀਤੇ ਇੱਕ ਦੋ ਨੂੰ। ਅਤੇ ਜਿਹੜੇ ਨਹੀਂ ਵੀ ਵੀਰ ਭਰਾਵਾਂ ਨੂੰ ਸਾਡਾ ਫੋਨ ਗਿਆ, ਤੁਸੀਂ ਆਪ ਹੀ ਬਾਈ ਜੀ ਆ ਕੇ ਮਿਲ ਕੇ ਜਾਓ, ਥੋੜ੍ਹਾ ਮਾਤਾ ਜੀਤ ਕੌਰ ਨੂੰ ਤੁਹਾਡਾ ਹੌਸਲਾ ਹੋਵੇ, ਕਿਉਂਕਿ ਇਸ ਟਾਈਮ ਮਾਤਾ ਨੂੰ ਤੁਹਾਡੇ ਸਾਥ ਦੀ ਲੋੜ ਆ, ਹੌਸਲੇ ਦੀ ਲੋੜ ਆ। ਇਹ ਬੱਚੇ ਨੂੰ, ਅਰਮਾਨ ਨੂੰ ਜੇ ਅਸੀਂ ਕਹਿੰਦੇ ਵੀ ਹਾਂ ਵੀ ਜਾ ਕੇ ਪੈ ਜਾ ਜਾਂ ਬਹਿ ਜਾ, ਤਾਂ ਵੀ ਦਾਦੀ ਦੇ ਸਿਰਹਾਣੇ ਖੜ੍ਹਾ ਰਹਿੰਦਾ, ਇੱਥੇ ਘੁੰਮੀ ਜਾਂਦਾ ਕੱਲ੍ਹ ਦਾ, ਕਿਉਂਕਿ ਦਾਦੀ ਹੋਈ ਆ ਜਿਹੜੀ ਇਸ ਟਾਈਮ ਪੋਤੇ ਦਾ ਸਹਾਰਾ ਵਾ, ਅਤੇ ਪੋਤਾ ਹੀ ਆ ਜਿਹੜਾ ਇਸ ਟਾਈਮ ਦਾਦੀ ਦਾ ਸਹਾਰਾ ਵਾ। ਸੁਖਮਨ ਤਾਂ ਸਾਡੇ ਪਰਿਵਾਰ ਦਾ ਹਿੱਸਾ ਬਣ ਗਈ ਸੀਗੀ, ਕਿਉਂਕਿ ਅਸੀਂ ਹਾਲਾਤ ਦੇਖੇ ਸੀ ਵੀ ਦਾਦੀ ਜੀ ਦੇ ਹਾਲਾਤ ਹੈ ਨਹੀਂ, ਜਿਹੜੇ ਦਾਦੀ ਨੂੰ ਸੰਭਾਲ ਨਹੀਂ ਸੀ, ਪੋਤੀ ਨੂੰ ਸੰਭਾਲ ਨਹੀਂ ਸਕਦੇ ਸੀ ਦਾਦੀ। ਅਰਦਾਸ ਕਰਿਓ ਮਾਤਾ ਜੀਤ ਕੌਰ ਵਾਸਤੇ, ਮਾਤਾ ਤਕੜੀ ਹੋ ਕੇ, ਤੰਦਰੁਸਤ ਹੋ ਕੇ, ਆਪਣੇ ਪੋਤੇ ਪੋਤੀ ਦੇ ਸਿਰ 'ਤੇ ਹੱਥ ਰੱਖਣ ਜੋਗੀ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਕੀ ਕਹੀ ਜਾਂਦੀ ਮਾਂ? ਤੂੰ ਨਾ ਮਾਂ ਫੁੱਕ ਫਿੱਕਰ ਕਰ, ਇਹਨਾਂ ਗੱਲਾਂ ਬਾਰੇ ਨਾ ਸੋਚ, ਤੂੰ ਜਮਾਂ ਤੰਦਰੁਸਤ ਹੋ ਜਾਣਾ। ਡਾਕਟਰ ਕਹਿੰਦੇ 10-15 ਦਿਨਾਂ ਦੇ ਵਿੱਚ ਜਮਾਂ ਠੀਕ ਹੋ ਜਾਣਾ ਤੂੰ, ਨਾ ਜਾਈ, ਰਹਿ ਪਈ ਤੂੰ ਇੱਥੇ ਸਾਡੇ ਕੋਲ, ਪਰ ਤੂੰ ਇਹ ਨਾ ਸੋਚ ਵੀ ਤੂੰ ਠੀਕ ਨਹੀਂ ਹੋਣਾ, ਕੋਈ ਨਾ ਕੰਮ ਨਾ ਕਰੀ ਤੂੰ, ਬਸ ਠੀਕ ਹੋ ਜਾਣਾ, ਘਬਰਾ ਨਾ ਤੂੰ। ਨਾ ਮੇਰੀ ਮਾਂ, ਨਾ ਮੇਰੀ ਮਾਂ, ਨਾ ਇੱਕ ਘਰੇ ਮੱਝ ਆ ਸੂਣ ਵਾਲੀ ਆ, ਉਹ ਮਾਂ ਨੂੰ ਉਹਦਾ ਬਹੁਤ ਫਿਕਰ ਆ, ਕਹਿੰਦੀ ਇੱਥੇ ਲੈ ਆਓ ਤੁਸੀਂ ਵੀ ਉੱਥੇ ਭੁੱਖੀ ਮਰ ਜੂ। ਅਤੇ ਰਿਸ਼ਤੇਦਾਰਾਂ ਨੂੰ ਬੇਨਤੀ ਹੈ ਬਾਈ ਸਾਡੇ ਨਾਲ ਸੰਪਰਕ ਕਰੋ, ਨਾਲੇ ਮਿਲ ਕੇ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।